ਸਤ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਮੇਰਾ ਪੰਜਾਬ ਚੈਨਲ। ਇਸ ਵੇਲੇ ਦੀ ਵੱਡੀ ਖਬਰ ਲੈ ਕੇ ਆ ਰਹੇ ਹਾਂ। ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਪੂਰਨ ਤੌਰ 'ਤੇ ਕਰਫਿਊ ਲਗਾ ਦਿੱਤਾ ਹੈ। ਇਸ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਅਤੇ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕਦਮ ਸਰਕਾਰ ਨੇ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਚੁੱਕੇ ਹਨ। ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਇਹ ਵਾਇਰਸ ਜ਼ਿਆਦਾਤਰ ਬਾਹਰਲੇ ਮੁਲਕਾਂ ਤੋਂ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ, ਜੋ ਬਾਹਰਲੇ ਦੇਸ਼ਾਂ ਤੋਂ ਪੰਜਾਬ ਆ ਰਹੇ ਹਨ। ਪੰਜਾਬ ਦੇ ਸਿਹਤ ਮੰਤਰੀ ਨੇ ਇੱਕ ਚਿੱਠੀ ਵਿੱਚ ਲਿਖ ਕੇ ਇਹ ਪੁਸ਼ਟੀ ਕੀਤੀ ਹੈ। ਪੰਜਾਬ ਵਿੱਚ 10,000 NRI ਲੋਕ ਜਿਹੜੇ ਹੈਗੇ ਆ ਉਹ ਲੁਕੇ ਹੋਏ ਹਨ, ਜੋ ਇਸ ਵਾਇਰਸ ਤੋਂ ਪੀੜਿਤ ਹਨ। ਇਸ ਕਰਕੇ ਹੋਰ ਵੀ ਇਹਨਾਂ ਤੋਂ ਲੋਕਾਂ ਨੂੰ ਕਈਆਂ ਨੂੰ ਖਤਰਾ ਹੋ ਸਕਦਾ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਸਖਤੀ ਵਿਖਾਈ ਹੈ। ਪੂਰੇ ਪੰਜਾਬ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਤੁਸੀਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਕਿ ਕਈ ਸ਼ਰਾਰਤੀ ਅਨਸਰਬਾਜ਼ ਨਹੀਂ ਆ ਰਹੇ, ਪੂਰਨ ਤੌਰ 'ਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ। ਇਹਨਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਨੂੰ ਇਹਨਾਂ 'ਤੇ ਲਾਠੀ ਚਾਰਜ ਕਰਨਾ ਵੀ ਪੈ ਰਿਹਾ ਹੈ। ਇਹ ਲੋਕ ਸਮਾਜ ਦੇ ਦੁਸ਼ਮਣ ਹਨ। ਇਸ ਮਹਾਂਮਾਰੀ ਤੋਂ ਬਚਣ ਦੇ ਲਈ ਸਾਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ, ਨਾ ਕਿ ਕਾਨੂੰਨ ਦੀ ਉਲੰਘਣਾ ਕਰਨੀ ਚਾਹੀਦੀ ਹੈ। ਪੰਜਾਬ ਦੇ ਸਾਰੇ ਰੋਡ ਬੰਦ ਪਏ ਹੋਏ ਆ, ਸਭ ਜਗ੍ਹਾ ਸੁੰਨ-ਮਸਾਨ ਛਾਈ ਪਈ ਆ। ਲੋਕ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਹੋਏ ਪਏ ਆ। ਪੁਲਿਸ ਵੱਲੋਂ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਕਿ ਕੋਈ ਘਰ ਦੇ ਵਿੱਚੋਂ ਬਾਹਰ ਨਾ ਨਿਕਲੇ। ਅਗਰ ਕੋਈ ਬਾਹਰ ਨਿਕਲਦਾ ਪਾਇਆ ਜਾਂਦਾ ਹੈ, ਉਸ 'ਤੇ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਭਾਰੀ ਜੁਰਮਾਨਾ ਹੋਏਗਾ। ਜੀ ਹਾਂ, ਜਿਹੜੇ NRI ਵੀਰ ਲੋਕ ਬਾਹਰੋਂ ਆ ਰਹੇ ਨੇ, ਸਰਕਾਰ ਉਹਨਾਂ ਨੂੰ ਕਈ ਲੁਕੇ ਹੋਏ ਨੇ, ਸਰਕਾਰ ਉਹਨਾਂ ਨੂੰ ਲੱਭ ਰਹੀ ਹੈ। ਅਤੇ ਉਹਨਾਂ 'ਚ ਅਗਰ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ, ਉਹਨਾਂ 'ਤੇ ਕਾਰਵਾਈ ਵੀ ਹੋਵੇਗੀ। ਤੁਸੀਂ ਵੀ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਬਚ ਸਕਦੇ ਹੋ, ਕਿਉਂਕਿ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ, ਤੁਹਾਡੇ ਪਰਿਵਾਰ ਦਾ ਸਵਾਲ ਹੈ। ਬਚਾਅ ਵਿੱਚ ਹੀ ਬਚਾਅ ਹੈ। ਜੇਕਰ ਆਪਾਂ ਗੱਲ ਸੇਫਟੀ ਦੀ ਕਰੀਏ ਤਾਂ 5-10 ਮਿੰਟ ਬਾਅਦ ਹੱਥ ਧੋਂਦੇ ਰਹੋ, ਸੈਨੇਟਾਈਜ਼ਰ ਯੂਜ਼ ਕਰੋ ਔਰ ਮੂੰਹ 'ਤੇ ਮਾਸਕ ਲਾ ਕੇ ਰੱਖੋ। ਅੱਖਾਂ ਕੰਨ ਮੂੰਹ ਨੂੰ ਵਾਰ ਵਾਰ ਨਾ ਛੂਹੋ। ਅਗਰ ਖਾਂਸੀ, ਜ਼ੁਕਾਮ ਜਾਂ ਖੰਘ, ਰੇਸ਼ਾ ਤੁਹਾਨੂੰ ਲੱਛਣ ਦਿਸਦੇ ਨੇ ਤਾਂ ਆਪਣੇ ਕਿਸੇ ਨੇੜਲੇ ਡਾਕਟਰ ਨੂੰ ਜ਼ਰੂਰ ਦਿਖਾਓ। ਵਿਟਾਮਿਨ ਸੀ ਦੀ ਮਾਤਰਾ ਲਵੋ ਅਤੇ ਅਗਰ ਜੇ ਗਲੇ ਦੇ ਵਿੱਚ ਖਰਾਸ਼ ਹੈ ਤਾਂ ਲੂਣ ਪਾ ਕੇ, ਪਾਣੀ ਦੇ ਗਰਾਰੇ ਜਾਂ ਸਿਰਕਾ ਪਾ ਕੇ ਜ਼ਰੂਰ ਕਰੋ। ਇਸ ਨਾਲ ਜੋ ਵਾਇਰਸ ਹੈ ਗਲੇ ਦੇ ਵਿੱਚ ਉਹ ਖਤਮ ਹੋ ਜਾਵੇਗਾ। ਅਗਰ ਤੁਸੀਂ ਕੋਸਾ ਪਾਣੀ ਲੈਂਦੇ ਹੋ ਤਾਂ ਇਸ ਵਾਇਰਸ ਕਾਫੀ ਮਾਤਰਾ ਵਿੱਚ ਖਤਮ ਕੀਤਾ ਜਾ ਸਕਦਾ ਹੈ। ਤੁਹਾਡੀ ਸੇਫਟੀ ਹੀ ਤੁਹਾਡਾ ਹਥਿਆਰ ਹੈ। ਤੁਸੀਂ ਅਗਰ ਪਰਹੇਜ਼ ਕਰਦੇ ਹੋ ਤਾਂ ਹੀ ਇਸ ਬਿਮਾਰੀ ਤੋਂ ਬਚ ਸਕਦੇ ਹੋ। ਅਗਰ ਇਹ ਬਿਮਾਰੀ ਜ਼ਿਆਦਾ ਫੈਲ ਜਾਂਦੀ ਹੈ ਤਾਂ ਸਾਰੀ ਦੁਨੀਆ ਇਸ ਵਾਇਰਸ ਅੱਗੇ ਬੇਵੱਸ ਹੋ ਜਾਵੇਗੀ। ਪੂਰੇ ਵਰਲਡ ਨੂੰ, ਪੂਰੇ ਇੰਡੀਆ ਨੂੰ, ਪੂਰੇ ਪੰਜਾਬ ਨੂੰ ਇਸ ਬਿਮਾਰੀ ਤੋਂ ਖਤਰਾ ਹੈ। ਸੋ ਸਾਰੇ ਧਿਆਨ ਨਾਲ ਸਭ ਦਾ ਸਾਥ ਦਿਓ, ਪ੍ਰਸ਼ਾਸਨ ਦਾ ਸਾਥ ਦਿਓ। ਧੰਨਵਾਦ।